ਹੁਸ਼ਿਆਰਪੁਰ 'ਚ ਇੱਕ ਸ਼ਖਸ ਨੇ ਆਪਣੇ ਹੀ ਚਚੇਰੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਲਜ਼ਾਮਾਂ ਮੁਤਾਬਕ ਮੁਲਜ਼ਮ ਨੂੰ ਸ਼ੱਕ ਸੀ ਕਿ ਚਚੇਰੇ ਭਰਾ ਨੇ ਉਸਦੇ ਮੁਰਗਿਆਂ ਨੂੰ ਜ਼ਹਿਰ ਪਾਇਆ। ਇਸ ਗੱਲ ਤੇ ਹੀ ਦੋਹਾਂ ਦਾ ਝਗੜਾ ਹੋ ਗਿਆ ਅਤੇ ਗੱਲ ਫਾਇਰਿੰਗ ਤੱਕ ਪਹੁੰਚ ਗਈ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ। ਰੰਜਸ਼ ਇਹ ਸੀ ਜੀ ਕਿ ਕੱਲ ਇਹਨੇ ਮੁਰਗੇ ਰੱਖੇ ਵਾ ਕੁੱਕੜ, ਇਹਨੇ ਕਿਤੇ ਕੋਈ ਜ਼ਹਿਰ ਪਾਈ ਆ ਉਹਨੂੰ ਕੁੱਕੜਾਂ ਨੂੰ, ਉਹਨਾਂ ਦਾ ਇੱਕ ਕੁੱਕੜ ਮਰ ਜਾਂਦਾ। ਅੱਜ ਜ਼ਹਿਰ ਪਾਉਂਦਾ ਪਾਉਂਦਾ ਐਟ ਏ ਟਾਈਮ ਇਹਨਾਂ ਨੇ ਫੜ ਲਿਆ ਉਹਨੂੰ। ਮੁਰਗਿਆਂ ਤੋਂ ਗੱਲ ਵਧੀ ਆ ਜੀ। ਕੁਰਾਲੇ ਪਿੰਡ ਦੇ ਵਿੱਚ ਹਰਪ੍ਰੀਤ ਅਤੇ ਅਮਨਦੀਪ ਦੋਨੋਂ ਚਾਚੀ ਤਾਏ ਦੇ ਮੁੰਡੇ ਹੈਗੇ। ਸਵੇਰੇ ਕੋਈ ਇਹਨਾਂ ਦਾ ਆਪਸੀ ਤਕਰਾਰ ਹੋਇਆ ਔਰ ਜਿਹੜਾ ਅਮਨਦੀਪ ਹੈਗਾ ਉਹਨੇ ਆਪਣੀ ਦੁਨਾਲੀ ਦੇ ਨਾਲ ਹਰਪ੍ਰੀਤ ਨੂੰ ਗੋਲੀ ਮਾਰਤੀ ਔਰ ਉਹਦੀ ਹਸਪਤਾਲ ਜਾ ਕੇ ਡੈਥ ਹੋ ਗਈ।